ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਪੰਜਾਬੀ 뮤직 ਇੰਡਸਟਰੀ ਦਾ ਉਹ ਫਨਕਾਰ ਜਿਸ ਨੇ ਆਪਣੀ ਪਹਿਚਾਨ ਬਣਾਈ ਸੀ ਆਪਣੇ ਪਹਿਲੇ ਗਾਣੇ ਦੇ ਨਾਲ, ਜਿਸ ਦਾ ਨਾਮ ਸੀ ਇੱਕ ਚੀਜ਼ ਮੈਂ ਬਣਾਉਣੀ ਬਿਲੋ ਤੂੰ ਬਣ ਜਾ, ਆ ਜਾ ਮੇਰੇ ਮਾਪਿਆਂ ਦੀ ਨੂੰਹ ਬਣ ਜਾ। ਜੀ ਹਾਂ, ਮੈਂ ਗੱਲ ਕਰ ਰਿਹਾ ਤੇਜੀ ਸੰਧੂ ਦੀ। ਤੇਜੀ ਸੰਧੂ ਲੈ ਕੇ ਆ ਰਿਹਾ ਹੁਣ ਆਪਣਾ ਨਵਾਂ ਗਾਣਾ ਜਿਸ ਦਾ ਨਾਮ ਹੈ ਬਲੀਏ। ਤੇਜੀ ਸੰਧੂ ਦੇ ਇਸ ਗਾਣੇ ਨੂੰ ਲਿਖਿਆ ਹੈ ਪ੍ਰੀਤ ਕੰਵਲ ਨੇ। ਇਸ ਗਾਣੇ ਦਾ 뮤직 ਕੀਤਾ ਹੈ ਸਪਿਨ ਸਿੰਘ ਐਂਡ ਕਵਿੰਦਰ ਸਿੰਘ ਨੇ, ਤੇ ਇਸ ਗਾਣੇ ਦੀ ਵੀਡੀਓ ਕੀਤੀ ਹੈ ਸੰਗਤਾਰ ਫਿਲਮਸ ਨੇ। ਤੇ ਇਸ ਗਾਣੇ ਨੂੰ ਰਿਲੀਜ਼ ਕੀਤਾ ਜਾਏਗਾ ਟੀ ਸੀਰੀਜ਼ ਲੇਬਲ ਦੇ ਅੰਦਰ। ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਇਸ ਗਾਣੇ ਦਾ ਜਿਹੜਾ ਪੋਸਟਰ ਲਾਂਚ ਹੈ ਉਹ ਕੀਤਾ ਗਿਆ ਦ ਕਪਿਲ ਸ਼ਰਮਾ ਸ਼ੋਅ ਦੇ ਸੈੱਟਸ ਦੇ ਵਿੱਚ। ਇਸ ਗਾਣੇ ਦੇ ਪੋਸਟਰ ਨੂੰ ਦ ਕਪਿਲ ਸ਼ਰਮਾ ਸ਼ੋਅ ਦੇ ਸੈੱਟਸ ਦੇ ਉੱਤੇ ਲਾਂਚ ਕੀਤਾ ਗਿਆ, ਤੇ ਇਸ ਗਾਣੇ ਦੇ ਪੋਸਟਰ ਨੂੰ ਕਪਿਲ ਸ਼ਰਮਾ ਨੇ ਆਪ ਲਾਂਚ ਕੀਤਾ। ਆਓ ਨਜ਼ਰ ਮਾਰੀਏ ਉਸ ਵੀਡੀਓ ਦੇ ਉੱਤੇ ਜਿਸ ਦੇ ਵਿੱਚ ਕਪਿਲ ਸ਼ਰਮਾ ਇਸ ਗਾਣੇ ਦਾ ਪੋਸਟਰ ਲਾਂਚ ਕਰ ਰਹੇ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਪਿਲ ਸ਼ਰਮਾ, ਤੇਜੀ ਸੰਧੂ ਨੂੰ ਤੁਸੀਂ ਜਾਣਦੇ ਹੀ ਹੋ, ਤੇ ਇਹ ਸਾਡੇ ਦੋਸਤ ਨੇ ਅੰਗਦ ਜੀ। ਸੋ ਤੇਜੀ ਸੰਧੂ ਮੇਰਾ ਵੀਰ, ਆਪਾਂ ਕਾਲਜ ਟਾਈਮ ਦੇ ਦੋਸਤ ਹਾਂ। ਸੋ ਇਹਨਾਂ ਦੀ ਇੱਕ ਨਵੀਂ ਐਲਬਮ ਜਿਹੜੀ ਹੈ, ਨਵਾਂ ਸਿੰਗਲ ਜਿਹੜਾ ਆ ਰਿਹਾ ਬੱਲੀਏ, ਬੜਾ ਹੀ ਮਜ਼ੇਦਾਰ ਟਰੈਕ ਹੈ, ਔਰ ਤੁਸੀਂ ਜ਼ਰੂਰ ਇਹਨੂੰ ਸੁਣਨਾ ਔਰ ਇਹਨੂੰ ਐਪਰੀਸ਼ੀਏਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ। ਔਰ ਇਹਨੂੰ ਟੀ ਸੀਰੀਜ਼ ਜਿਹੜੇ ਹੈ ਉਹ ਉਸ ਕੰਪਨੀ ਦੇ ਵਿੱਚ ਆ ਰਿਹਾ, ਔਰ ਅੰਗਦ ਸਿੰਘ ਜਿਹੜੇ ਨੇ ਪ੍ਰੈਜੈਂਟ ਕਰ ਰਹੇ ਨੇ, ਔਰ ਸਾਡਾ ਵੀਰ ਬੜਾ ਹੀ ਸੁਰੀਲਾ ਗਾਇਕ, ਔਰ ਮੈਂ ਉਮੀਦ ਕਰਦਾ ਔਰ ਮੇਰੀ ਢੇਰ ਸਾਰੀਆਂ ਬੈਸਟ ਵਿਸ਼ਿਜ਼ ਨੇ ਵੀਰ ਤੇਜੀ ਸੰਧੂ ਲਈ ਕਿ ਇਹਨਾਂ ਦਾ ਇਹ ਸਿੰਗਲ ਜਿਹੜਾ ਹੈ ਇਹ ਪੂਰਾ ਆਵੇ ਅਤੇ ਛਾ ਜਾਵੇ, ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ। ਸੋ ਜ਼ਰੂਰ ਇਹਨੂੰ ਸੁਣਨਾ ਔਰ ਐਪਰੀਸ਼ੀਏਟ ਕਰਨਾ ਔਰ ਸ਼ੇਅਰ ਕਰਨਾ ਵੱਧ ਤੋਂ ਵੱਧ। ਥੈਂਕ ਯੂ ਸੋ ਮੱਚ, ਮੈਂ ਆਪਣੇ ਵੀਰ ਕਪਿਲ ਦਾ ਬਹੁਤ ਬਹੁਤ ਥੈਂਕਸ ਕਰਦਾ, ਔਰ ਤਰਨ ਐਂਟਰਟੇਨਮੈਂਟ ਤੋਂ ਅੰਗਦ ਜੀ ਦਾ ਕਿ ਜਿਹੜੇ ਇਸ ਐਲਬਮ ਨੂੰ ਪ੍ਰੋਡਿਊਸ ਕਰ ਰਹੇ ਨੇ, ਔਰ ਥੈਂਕ ਯੂ ਕਪਿਲ ਵੀਰ, ਥੈਂਕ ਯੂ ਸੋ ਮੱਚ। ਤੁਹਾਨੂੰ ਕੀ ਲੱਗਦਾ ਤੇਜੀ ਸੰਧੂ ਦਾ ਇਹ ਨਵਾਂ ਗਾਣਾ ਬੱਲੀਏ ਲੋਕਾਂ ਦੇ ਦਿਲਾਂ ਦੇ ਵਿੱਚ ਕਿੱਦਾਂ ਦੀ ਧੂਮ ਮਚਾਏਗਾ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।